ਜਿਮੀਦਾਰਾਂ ਦਾ ਗੁਰਦੁਆਰਾ, ਇਹ ਮਜ਼ਹਬੀ ਸਿੱਖਾਂ ਦਾ ਗੁਰਦੁਆਰਾ ਹੈ। ਇਹ ਤਾਂ ਇਸ ਤਰ੍ਹਾਂ ਹੋ ਗਿਆ ਵੀ ਦੁੱਧ ਇੱਕੋ ਹੀ ਸੀ, ਰੂਪ ਵੱਖਰੇ ਵੱਖਰੇ ਸੀ, ਖੋਆ ਕੱਢ ਲਿਆ, ਵਿੱਚੋਂ ਕਰੀਮ ਕੱਢ ਲਈ, ਵਿੱਚੋਂ ਦਹੀਂ ਕੱਢ ਲਿਆ, ਪਰ ਹੈਗਾ ਤੇ ਦੁੱਧ ਹੀ ਸੀ ਨਾ, ਹੈ ਤੇ ਇੱਕੋ ਹੀ ਸੀ ਨਾ। ਗੁਰੂ ਗ੍ਰੰਥ ਸਾਹਿਬ ਤੇ ਇੱਕੋ ਹੀ ਹੈ, ਜਪਜੀ ਸਾਹਿਬ ਤੇ ਇੱਕੋ ਹੀ ਹੈ, ਰੱਬ ਤੇ ਇੱਕੋ ਹੀ ਹੈ। ਰੱਬ ਨੇ ਬਣਾਉਣ ਲੱਗਿਆ ਨੀ ਫਰਕ ਪਾਇਆ। ਖੇਤਾਂ ਚ ਕੰਮ ਕਰਨ ਵਾਲੇ ਬੰਦੇ ਦਾ ਖੂਨ ਕਈ ਵਾਰੀ ਚੜ ਜਾਂਦਾ, ਕਈ ਵਾਰੀ ਵੇਖਿਆ ਨਾ ਤੁਸੀਂ, ਹੁਣ ਬਲੱਡ ਬੈਂਕਾਂ ਦੇ ਵਿੱਚ ਖੂਨ ਪਿਆ, ਕਈ ਵਾਰੀ ਤੁਸੀਂ ਬਲੱਡ ਬੈਂਕ ਜਾਓ। ਹੁਣ ਕਈ ਬੰਦੇ ਇਹ ਵੀ ਅਹਿਮ ਕਰਨਗੇ, ਮੈਂ ਫਲਾਣੇ ਹੱਥ ਦਾ ਖਾਂਦਾ ਨਹੀਂ, ਇੱਦਾਂ ਦੇ ਬੰਦੇ ਵੀ ਹੈਗੇ ਹੁੰਦੇ ਨਾ ਵੀ ਮੈਂ ਭਾਈ ਮੈਂ ਨਹੀਂ ਵਿਆਹ ਸ਼ਾਦੀ 'ਤੇ ਜਾਂਦਾ, ਮੈਂ ਲੰਗਰ 'ਚ ਪ੍ਰਸ਼ਾਦਾ ਨਹੀਂ ਛਕਦਾ, ਪਤਾ ਨਹੀਂ ਕਿਹੜੇ ਬੰਦੇ ਨੇ ਕਿੱਦਾਂ ਦਾ ਬਣਾਇਆ ਹੋਣਾ, ਉਹ ਇੱਦਾਂ ਵਹਿਮ ਕਰਦੇ ਨਾ। ਅੱਛਾ ਉਹਦਾ ਹੋ ਗਿਆ ਐਕਸੀਡੈਂਟ, ਇੱਦਾਂ ਮੱਥਾ ਪੜ ਗਿਆ, ਡਾਕਟਰ ਕਹਿੰਦੇ ਵੀ ਖੂਨ ਦੀਆਂ 3 ਬੋਤਲਾਂ ਚੜ੍ਹਨੀਆਂ। ਅੱਛਾ ਜਿਹੜਾ ਉਹਦਾ ਗਰੁੱਪ ਸੀ ਨਾ, ਖੂਨ ਪੂਰੇ ਰਿਸ਼ਤੇਦਾਰਾਂ 'ਚੋਂ ਮਿਲਿਆ ਹੀ ਨਹੀਂ, ਉਹ ਚਲੇ ਗਏ ਬਲੱਡ ਬੈਂਕ। ਬਲੱਡ ਬੈਂਕ ਤੋਂ ਖੂਨ ਦੀਆਂ 3 ਬੋਤਲਾਂ ਲੈ ਆਏ ਪੈਸੇ ਦੇ ਕੇ। ਹੁਣ ਕਦੀ ਚੈੱਕ ਕਰਾਇਆ ਵੀ ਆਹ ਖੂਨ ਕਿਹੜੇ ਬੰਦੇ ਦਾ ਜੀ, ਉਹ ਖਾਂਦਾ ਕੀ ਸੀ, ਬੋਲੋ ਪਿਆਰੇ, ਆਖੋ ਇੱਕ ਵਾਰ ਸਤਨਾਮ ਸ੍ਰੀ। ਕਦੀ ਬਲੱਡ ਬੈਂਕ ਵਾਲੇ, ਅੱਛਾ ਪੁੱਤ ਬਿਮਾਰ ਹੋਵੇ, ਐਕਸੀਡੈਂਟ ਹੋ ਜਾਏ ਉਹਦਾ, ਮੇਜਰ ਐਕਸੀਡੈਂਟ ਹੋਵੇ ਤਾਂ ਡਾਕਟਰ ਕਹੇ ਵੀ ਐ। ਅੱਛਾ ਕਈ ਵਾਰੀ ਤਾਂ ਬਲੱਡ ਬੈਂਕ ਵਾਲਿਆਂ ਦਾ ਪਤਾ ਹੀ ਨਹੀਂ, ਚਲੋ ਮੰਨਿਆ ਬਲੱਡ ਬੈਂਕ ਦਾ ਤਾਂ ਪਤਾ ਨਹੀਂ ਕਿੱਥੋਂ ਆਇਆ। ਕਈ ਵਾਰੀ ਆਪਾਂ ਕਹਿੰਦੇ ਹਾਂਜੀ ਵੀ ਮੁੰਡੇ ਦੇ ਫੁੱਫੜ ਦਾ ਖੂਨ ਰਲ ਗਿਆ, ਤਾਏ ਦਾ ਖੂਨ ਰਲ ਗਿਆ, ਭੂਆ ਦਾ ਖੂਨ ਰਲ ਗਿਆ, ਮਾਸੀ ਦਾ ਖੂਨ ਰਲ ਗਿਆ, ਮਾਸੜ ਦਾ ਖੂਨ ਰਲ ਗਿਆ, ਰਲ ਜਾਂਦਾ ਕਈ ਵਾਰੀ। ਕਈ ਵਾਰੀ ਆਪਣੇ ਪਰਿਵਾਰ 'ਚ ਖੂਨ ਨਹੀਂ ਹੁੰਦਾ, ਕਈ ਵਾਰੀ ਪਿੰਡ ਵਿੱਚੋਂ ਕਿਸੇ ਬੰਦੇ ਦਾ, ਕਿਉਂਕਿ ਇਹ ਕੁਦਰਤੀ ਗੱਲ ਹੈ। ਕਈ ਵਾਰੀ ਮਾਂ ਦਾ ਖੂਨ ਨਹੀਂ ਮੈਚ ਕਰਦਾ, ਕਿਸੇ ਦਾ ਗਰੁੱਪ ਕਿਸੇ ਨਾਲ ਮੈਚ ਕਰ ਗਿਆ, ਮੰਨ ਲਓ ਫੁੱਫੜ ਦਾ ਖੂਨ ਮੈਚ ਕਰ ਗਿਆ। ਪਰ ਇਹ ਫੁੱਫੜ ਦੇ ਘਰੋਂ ਜਾ ਕੇ ਰੋਟੀ ਨਹੀਂ ਸੀ ਖਾਂਦੇ, ਕਹਿੰਦੇ ਤੂੰ ਤੇ ਭਾਈ ਸ਼ਰਾਬ ਪੀਣਾ, ਤੂੰ ਤੇ ਮੀਟ ਖਾਣਾ, ਤੇਰੇ ਘਰ ਦੀ ਰੋਟੀ ਨਹੀਂ ਖਾਣੀ। ਪਰ ਡਾਕਟਰਾਂ ਦੇ ਵੀ ਇਹਦਾ ਖੂਨ ਮੈਚ ਕਰ ਗਿਆ। ਹੁਣ ਦੱਸ ਵੀ ਸਮਾਂ ਬੜਾ, ਥੋੜ੍ਹੇ ਕਿੱਦਾਂ ਚੜ੍ਹਾਈਏ ਕਿ ਨਾ ਚੜ੍ਹਾਈਏ। ਇੱਕ ਵਾਰ ਕਹੋ ਸਤਨਾਮ, ਫੈਸਲਾ ਕਰ ਪਿਆਰਿਆ। ਅੱਛਾ ਬਾਬਾ ਲੈ, ਉਹ ਪੁੱਗਿਆ ਹੋਇਆ ਬਾਬਾ ਜਿਹੜਾ ਕਹਿੰਦਾ ਜੀ ਮੈਂ ਉਹਦੇ ਹੱਥਾਂ ਨਹੀਂ ਖਾਣਾ, ਮੈਂ ਉਹਦੇ ਹੱਥਾਂ ਨਹੀਂ ਖਾਣਾ, ਮੈਂ ਦੇਖ ਨਹੀਂ ਲੈਂਦਾ, ਤੇ ਬਾਬਾ ਮਰ ਲੱਗਾ ਉਹਦੇ ਕੰਨ 'ਚ, ਕਹੋ ਬਾਬਾ ਜੀ ਵੀ ਆਹ ਬੰਦਾ ਜੇ ਇਹ 3 ਟਾਈਮ ਮਾਸ ਖਾਂਦਾ ਜੀ, ਪਰ ਇਹਦਾ ਖੂਨ ਤੁਹਾਡੇ ਨਾਲ ਮੈਚ ਕਰਕੇ ਚੜ੍ਹਾ ਦਈਏ। ਉਹਨੇ ਕਹਿਣਾ 4 ਬੋਤਲਾਂ ਚੜ੍ਹਾਓ, ਬਚਾਓ ਮੈਨੂੰ, ਮੈਂ ਤਾਂ ਮਰਨ ਡਿਆ। ਅਗਲੇ ਬੰਦੇ ਨੂੰ ਮੌਤ ਦਿਸਣ ਡਈ ਹੈ, ਦੱਸਿਓ ਪਤਾ ਪਿਆਰਿਓ। ਕਦੀ ਸੋਚ ਕੇ ਵੇਖਿਆ, ਖਾਣ ਪੀਣ ਦਾ ਤੇ ਵਹਿਮ ਕਰ ਲੋਗੇ, ਖੂਨ ਕਦੀ ਪੁੱਛਿਆ ਚੜ੍ਹਾਉਣ ਲੱਗਿਆ? ਮੈਨੂੰ ਇੱਕ ਬੰਦਾ ਦੱਸਿਓ ਉਸ ਗੱਡੀ 'ਚ ਬਹਿਣ ਤੋਂ ਪਹਿਲਾਂ ਜਿਹਨੇ ਆਪਣੇ ਪਰਿਵਾਰ ਨੂੰ ਖੂਨ ਚੜ੍ਹਾਉਣ ਤੋਂ ਪਹਿਲਾਂ ਖੂਨ ਚੈੱਕ ਕਰਾਇਆ ਹੋਵੇ ਕਿ ਕਿਹੜੀ ਖੁਰਾਕ ਨਾਲ ਖੂਨ ਬਣਿਆ, ਦੱਸਿਓ ਜ਼ਰੂਰ ਮੈਨੂੰ। ਜਿਹਨੇ ਜ਼ਿੰਦਗੀ ਜਾਖਿਆ ਹੋਵੇ, ਐਸ ਬੰਦੇ ਨਾਲ ਮੈਂ ਖੂਨ ਨਹੀਂ ਚੜ੍ਹਾਉਣਾ, ਇਹ ਫਲਾਣੀ ਖੁਰਾਕ ਖਾਂਦਾ, ਖਾਣ ਦਾ ਤਾਂ ਵਹਿਮ ਕਰ ਲਾਂਗੇ, ਹੁਣ ਉਹਦਾ ਕਰੋ ਜਿਹੜਾ ਕੇਲਾ ਵੀ ਧੋ ਕੇ ਖਾਂਦਾ, ਜਿਹਨੂੰ ਕੁਦਰਤ ਨੇ ਪਹਿਲਾਂ ਹੀ ਟੱਕਿਆ, ਤੂੰ ਸੇਬ ਤੇ ਧੋ ਕੇ ਖਾ ਲੋਗੇ, ਹੁਣ ਕੇਲਾ ਵੀ ਧੋ ਕੇ ਖਾਂਦਾ, ਸੰਤਰਾ ਧੋ ਖਾਂਦਾ, ਜਿਹਨੂੰ ਕੁਦਰਤ ਨੇ ਪਹਿਲਾਂ ਟੱਕਿਆ, ਉਹਦੀਆਂ ਤੇ ਫਾੜੀਆਂ ਟੱਕੀਆਂ ਕੁਦਰਤ ਨੇ। ਹੁਣ ਇਹੋ ਜਿਹੇ ਬਾਬਿਆਂ ਨੇ ਤਾਂ ਲੋਕਾਂ ਨੂੰ ਪਹਿਲਾਂ ਵਾਹਣੇ ਪਾਇਆ ਸੀ, ਭਜਾਇਆ ਬੜਾ ਸੀ, ਤਾਂ ਲੋਕ ਹੁੱਸੇ। ਮੈਂ ਪਹਿਲਾਂ ਕਿਹਾ ਸੀ ਨਾ ਵੀ ਨਿੱਪਲ ਮੂੰਹ 'ਚ ਪਾ ਛੱਡਿਆ, ਨਿੱਪਲ ਪਾੜ ਛੱਡਿਆ ਬੱਚੇ ਨੇ, ਅੰਦਰ ਕੁਝ ਨਹੀਂ ਗਿਆ, ਜ਼ੋਰ ਸਾਡੇ ਕੋਲ ਵੀ ਬੜਾ ਲਵਾਇਆ, ਕੜਾਹੀਆਂ ਮਜਾ ਕੇ ਐ ਪੂਰੇ ਪੂਰੇ ਟੱਬਰ ਦਾ ਜ਼ੋਰ ਲਵਾ ਦਿੰਦੇ, ਅਗਲੇ ਪੂਰਾ ਜ਼ੋਰ ਐਨ ਵੀ ਲੰਗਰ ਤਿਆਰ ਹੋਣਾ ਹੈ ਬਾਬਾ ਜੀ ਦਾ, ਮਹਾਂਪੁਰਖਾਂ ਦਾ। ਤੂੰ ਜੇ ਕਿਤੇ ਇਹੋ ਜਿਹਾ ਪ੍ਰਾਹੁਣਾ ਮਿਲ ਜੇ ਕਿਸੇ ਨੂੰ, ਸ਼ਰਾਬੀ ਸਾਹਮਣਾ ਸੌਖਾ, ਅੱਧੀ ਬੋਤਲ ਪੀ ਕੇ ਮੰਜੇ ਸਿਰ ਦੇ ਕੇ ਸੁੱਤਾ ਰਹੂ, ਇਹੋ ਜਿਹਾ ਸਾਰੀ ਰਾਤ ਨਾ ਆਪ ਸੌਣਾ ਨਾ ਤੁਹਾਨੂੰ ਸੌਣ ਦੇਣਾ ਉਹਨੇ, ਕਦੀ ਤੱਤਾ ਲਿਆਓ, ਕਦੀ ਠੰਡਾ ਲਿਆਓ, 10 ਵਜੇ ਸੌਣ ਲੱਗਣਾ, 2 ਵਜੇ ਤੁਹਾਨੂੰ ਫੇਰ ਠਾ ਦੇਣਾ, ਗਰਮ ਕਰੋ ਪਾਣੀ ਮੇਰੇ ਲਈ, ਉਹ ਤੋਂ ਬਾਅਦ ਅਸੀਂ ਅੰਮ੍ਰਿਤਧਾਰੀ ਚਾਹੀਦਾ। ਹੋਇਆ ਮੈਂ ਆਪਣੀ ਅੱਖੀਂ ਵੇਖਿਆ, ਵਾਹ ਪਿਆ ਮੇਰਾ ਐਸੇ ਬੰਦਿਆਂ ਨਾਲ, ਵਾਹ ਪਿਆ, ਰੋਂਦੇ ਵੇਖੇ ਨੇ ਮੈਂ।
ਖੰਡੇ ਦੀ ਪਾਉ ਲੈ ਕੇ ਮੈਂ ਕੋਈ ਭਿਅੰਕਰ ਰੂਪ ਨਹੀਂ ਸੀ ਧਾਰਨ ਕਰਨਾ, ਮੈਂ ਇਦਾਂ ਦਾ ਬਣਨਾ ਸੀ ਭਾਈ ਜੇਠ ਦੀ ਤਰ੍ਹਾਂ, ਜਿਵੇਂ ਭਾਈ ਜੇਠਾ ਜਵਾਈ ਸਹੁਰੇ ਘਰ ਜਾਵੇ ਜਿੱਥੇ ਬਾਕੀ ਪੁੱਤ ਬਹਿ ਕੇ ਰੋਟੀ ਖਾਂਦੇ, ਉਦਾਂ ਖਾ ਕੇ ਆ ਜਾਏ, ਉਹਨਾਂ ਨੂੰ ਮਹਿਸੂਸ ਹੀ ਨਾ ਹੋਏ ਕਿ ਸਾਡਾ ਜਵਾਈ ਹੈ ਕਿ ਸਾਡਾ ਪੁੱਤ ਹੈ। ਵਾਕਿਆ ਜੇ ਤੂੰ ਖੰਡੇ ਦੀ ਪੋਲ ਲਈ ਹੈ, ਜੇ ਤੂੰ ਸਾਰੇ ਟੱਬਰ ਨੂੰ ਭਜਾਈ ਫਿਰਦਾ, ਕਦਾ ਤੂੰ ਅੰਮ੍ਰਿਤਧਾਰੀ ਹੋਇਆ ਪਿਆਰਿਆ, ਕਦਾ ਤੂੰ ਅੰਮ੍ਰਿਤ ਛਕਿਆ ਹੋਇਆ। ਇੱਕ ਬੰਨੇ ਉਹ ਬਰਾ ਸਾਂਭ ਰਿਹਾ, 150 ਬੰਦਾ ਤੈਨੂੰ ਇਕੱਲੇ ਨੂੰ ਸਾਂਭਣਾ ਔਖਾ ਹੋਇਆ ਉਹਨੂੰ, ਉਹ ਆਂਦੇ ਲਾਚੀਆਂ ਵਾਲਾ ਲਿਆਓ, ਆਂਦੇ ਲੌਂਗਾਂ ਵਾਲਾ ਲਿਆਓ, ਇਹਨੂੰ ਆਹ ਖਵਾਓ ਜੀ, ਸੁੱਕੀ ਸਮੱਗਰੀ ਦਿਓ ਇਹਨੂੰ, ਇਹਦਾ ਆਪਣੇ ਤੁਰਲਾ ਸੂਤਰ ਨਹੀਂ ਆ ਰਿਹਾ। ਨੁਕਸਾਨ ਇੱਥੇ ਹੋਇਆ ਸਾਡਾ ਸਭ ਤੋਂ ਵੱਡਾ। ਕਈ ਤੇ ਬਰਤਨ ਹੀ ਆਪਣੇ ਵੱਖਰੇ ਚੁੱਕੀ ਫਿਰਦੇ, ਉਹ ਆਪਣਾ ਭਾਂਡਾ ਪਿੰਡਾ ਨਾਲ ਹੀ ਚੱਕੀ ਫਿਰਦੇ ਆ, ਉਹਨਾਂ ਦੀ ਰਸੋਈ 24 ਘੰਟੇ ਨਾਲ ਹੀ ਚੱਲਦੀ ਆ। ਸੁਣਿਓ ਮੈਂ ਗੁਰੂ ਗ੍ਰੰਥ ਸਾਹਿਬ 'ਚੋਂ ਪ੍ਰਮਾਣ ਦੇਣ ਲੱਗਾ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਪੜ੍ਹਿਆ ਨਹੀਂ ਅਸੀਂ, ਨਹੀਂ ਵਿਚਾਰਿਆ ਅਸੀਂ, ਅਸੀਂ ਖਾਕ ਛਾਣੀਆਂ ਡੇਰਿਆਂ ਦੀ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਕਰੈ ਸੋਮ ਪਾਕ ਪਵਿੱਤਰ ਰਸੋਈ, ਹਿਰੈ ਪਰ ਦਰਬਾ। ਰਸੋਈਆਂ ਆਪਣੀਆਂ ਆਪ ਬਣਾਉਣੀਆਂ ਪਰ ਕਮਾਈ ਦੂਜਿਆਂ ਦੀ ਖਾਣੀ, ਆਖੋ ਸਤਨਾਮ। ਕਰੈ ਸੋਮ ਪਾਕ ਹਿਰੈ ਪਰ ਦਰਬਾ, ਅੰਤਰ ਝੂਠ ਗੁਮਾਨਾ। ਅੰਦਰ ਦੇ ਝੂਠ ਤੇ ਹੰਕਾਰ ਭਰਿਆ ਪਿਆ ਸੀ, ਕਮਾਈ ਲੰਗਰ ਆਪਣਾ ਹੀ ਖਾਣਾ ਜੀ ਬਣਾ ਕੇ ਅਸੀਂ। ਆਸਾ ਕੀ ਵਾਰ 'ਚ ਵੀ ਲਿਖਿਆ ਗੁਰੂ ਨਾਨਕ ਸਾਹਿਬ ਨੇ, ਪਹਿਲਾਂ ਸੁਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਨਾ ਕੋਈ ਨਾ ਪਿੱਟਿਓ ਜਾਏ।